ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ। ਉਮੀਦ ਆ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਠੀਕ ਠਾਕ ਹੋਵੋਗੇ। ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਸਟੇਸ਼ਨ ਉਮੀਦ ਦੀਆਂ ਰਾਹਾਂ 'ਤੇ। ਸੋ ਅੱਜ ਘੁੰਮਣ ਆਏ ਸੀਗੇ ਥੋੜ੍ਹਾ ਜਿਹਾ ਸ਼ਹਿਰ, ਅਤੇ ਥੋੜ੍ਹਾ ਜਿਹਾ ਖਰੀਦਦਾਰੀ ਕਰਨੀ ਸੀਗੀ। ਮੈਂ ਸੋਚਿਆ ਤੁਹਾਨੂੰ ਵੀ ਨਾਲ ਦਿਖਾ ਦਈਏ। ਸੋ ਆ ਜਾਓ, ਵੀਡੀਓ ਨਾਲ ਦੇਖਿਓ, ਐਂਡ ਤੱਕ ਦੇਖਿਓ, ਤੁਹਾਨੂੰ ਵੀ ਦਿਖਾਉਂਦੇ ਹਾਂ ਨਜ਼ਾਰੇ ਇੱਥੋਂ। ਲਓ ਵੀ ਦੋਸਤੋ, ਆਪਾਂ ਆ ਗਏ ਸ਼ਹਿਰ। ਆ ਇੱਥੇ ਹਸਪਤਾਲ ਜਿਹਾ ਮੇਰੇ ਹੱਥ, ਸ਼ਹਿਰ ਚਿਲੀ ਦਾ ਸ਼ਹਿਰ ਆ ਵੀਆਂ ਦਿਲਮਾਰ। ਇਸ ਟਾਈਮ ਆਪਾਂ ਆ ਗਏ ਹਾਂ ਮੌਲ ਦੇ, ਅਤੇ ਇੱਥੇ ਲਾਈਨਾਂ ਬਹੁਤ ਲੱਗੀਆਂ ਕੋਵਿਡ ਦਾ ਕਰਕੇ। ਇੱਧਰ ਸਕਰੀਨ ਲੱਗੀ ਹੈ, ਇੱਥੇ ਟੈਂਪਰੇਚਰ ਚੈੱਕ ਕਰਦੇ, ਇਸ ਤਰ੍ਹਾਂ ਲਾਈਨਾਂ ਲੱਗੀਆਂ ਚਾਰ ਚੁਫੇਰੇ। ਪਹਿਲਾਂ ਜਿਹੜਾ ਆਉਂਦਾ ਸੀਗਾ ਸਿੱਧੇ ਅੰਦਰ ਐਂਟਰੀ ਫੀਸ ਸੀਗੀ, ਹੁਣ ਜਿਹੜਾ ਆਉਂਦਾ ਲਾਈਨ ਦੇ ਵਿੱਚ ਲੱਗਦੇ ਆ, ਉੱਧਰੋਂ ਬੰਦੇ ਕੱਢੀ ਜਾਂਦੇ ਆ, ਉਸ ਹਿਸਾਬ ਨਾਲ ਗਿਣ ਗਿਣ ਕੇ ਐਂਟਰ ਹੋਈ ਜਾਂਦੇ ਆ, ਗਿਣ ਕੇ ਬਾਹਰ ਜਾਈ ਜਾਂਦੇ ਆ। ਮਤਲਬ ਕਿ ਇਹਨਾਂ ਨੇ 1927 ਬੰਦਿਆਂ ਦਾ ਟਾਰਗੇਟ ਰੱਖਿਆ ਇੱਕ ਟਾਈਮ 'ਤੇ ਅੰਦਰ ਐਂਟਰ ਕਰ ਸਕਦੇ ਆ। ਉਸ ਹਿਸਾਬ ਨਾਲ 10 ਨਿਕਲ ਗਏ, 10 ਫੇਰ ਐਂਟਰ ਹੋ ਜਾਂਦੇ ਆ, ਇੱਦਾਂ ਚੱਲੀ ਜਾਂਦਾ ਕੰਮ। ਆਵੇ ਆ ਸਕਰੀਨ ਲੱਗੀ, ਇੱਧਰ ਟੈਂਪਰੇਚਰ ਚੈੱਕ ਕਰਦੇ ਆ, ਉਹ ਸਕਰੀਨ ਦੇ ਉੱਤੇ ਆਈ ਜਾਂਦਾ ਨਾਲ ਦੀ ਨਾਲ ਕਿੰਨਾ ਟੈਂਪਰੇਚਰ ਆ। ਇਹ ਹੈਗਾ ਮੌਲ ਮਰੀਨਾ ਚਿਲੀ ਦੇ ਵਿੱਚ, ਬੀਆਂ ਦਿਲਮਾਰ ਸਿਟੀ ਆ। ਕਾਫੀ ਟਾਈਮ ਹੋ ਗਿਆ ਲਾਈਨ ਦੇ ਵਿੱਚ ਲੱਗਿਆਂ ਨੂੰ, ਹਾਲੇ ਤੱਕ ਵਾਰੀ ਨਹੀਂ ਆਈ। ਇੱਦਾਂ ਦੇ ਲੋਕ ਆ ਇੱਥੇ, ਇੱਦਾਂ ਦੇ ਇਹਨਾਂ ਦਾ ਪਹਿਰਾਵਾ। ਇੱਦਾਂ ਦਾ ਰਹਿਣ ਸਹਿਣ ਆ, ਇੱਦਾਂ ਹੋਵੇ ਆ। ਆਹ ਦੇਖਿਓ, ਇਹਨੇ ਆ ਜੈਲ ਜੀ, ਅਲਕੋਹਲ ਜੈਲ ਜੀ ਉਹਨਾਂ ਦੇ ਪਾ ਦੇਣੀ ਹੱਥਾਂ 'ਤੇ, ਉਹਨਾਂ ਮਲ ਕੇ ਅੱਗੇ ਨਿਕਲ ਜਾਣਾ। ਕਾਫੀ ਅੱਗੇ ਨਾਲੋਂ ਬਦਲ ਗਿਆ ਦੁਨੀਆ ਦੇ ਉੱਤੇ ਸਿਸਟਮ ਜਿਹਾ, ਹੈ ਨਾ। ਕਾਫੀ ਕੁਝ ਬਦਲ ਗਿਆ ਕਰੋਨਾ ਵਾਇਰਸ ਦਾ ਕਰਕੇ। ਪਹਿਲਾਂ ਨਹੀਂ ਤਾਂ ਬਹੁਤ ਆਸਾਨ ਸੀਗੇ ਤਰੀਕੇ, ਹੁਣ ਕਾਫੀ ਕੁਛ ਬਦਲ ਗਿਆ। ਆਵੇ ਆ ਮੈਡਮ ਗਿਣ ਗਿਣ ਕੇ ਘੱਲੀ ਜਾਂਦੀ ਆ, ਉੱਧਰੋਂ ਉਹਨੂੰ ਸੂਚਨਾ ਉੱਧਰੋਂ ਮਿਲੀ ਜਾਂਦੀ ਆ, ਹਾਂ ਇੰਨੇ ਬੰਦੇ ਚਲ ਗਏ, ਇੰਨੇ ਗ੍ਰੈਸੀਅਸ। ਇੱਧਰ ਜਿਹੜੇ ਜਾਈ ਜਾਂਦੇ ਆ ਹੋਰ ਕਿਸੇ ਪਾਸੇ ਜਾਣ ਵਾਲੇ, ਆਪਾਂ HNM 'ਚ ਜਾਣਾ, ਉਹਦਾ ਕਰਕੇ ਆਪਾਂ ਨੂੰ ਇੱਧਰ ਲਾਈਨ ਬਣਾਉਣੀ ਪੈਣੀ ਆ। ਆਵੇ ਥੱਲੇ ਆ ਲੱਗੇ ਆ ਨਿਸ਼ਾਨ ਪੈਰਾਂ ਦੇ, ਇਹਦੇ ਹਿਸਾਬ ਨਾਲ ਖੜੀ ਜਾਣਾ ਲੋਕਾਂ ਨੇ। ਆਵੇ ਹੁਣ ਉਹ ਅਗਲੀ ਇੱਥੇ ਖੜੀ ਆ, ਮੈਂ ਇੱਥੇ ਖੜ ਗਿਆ, ਹੁਣ ਉਹ ਅੱਗੇ ਚਲ ਗਈ, ਮੈਂ ਇੱਥੇ ਆ ਗਿਆ। ਬੱਲੇ 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 ਦੇਖੋ ਲਾਈਨ ਕਿੰਨੀ ਲੱਗੀ, ਉੱਧਰੋਂ ਘੁੰਮ ਕੇ ਫੇਰ ਇੱਧਰ ਨੂੰ ਆਉਣੀ ਆ ਐਨੂੰ। ਪਤਾ ਨਹੀਂ, ਸਾਰਾ ਦਿਨ ਮੈਨੂੰ ਲੱਗਦਾ ਇੱਥੇ ਨਿਕਲ ਜਾਣਾ ਇੱਕੇ ਦੇ ਵਿੱਚ ਹੀ, ਪਹਿਲਾਂ ਇੱਧਰ ਨੂੰ ਜਾਣਦੇ ਆ ਅਤੇ ਫਿਰ ਘੁੰਮ ਕੇ ਉੱਧਰੋਂ ਐਨੂੰ ਆਉਣੇ ਆ। ਵਾਹ, ਕਮਾਲ ਹੀ ਹੋਈ ਪਈ ਆ। ਇਹਨੂੰ ਕਹਿੰਦੇ ਆ ਬਦਲਾਵ, ਕੁਦਰਤ ਨਾਲ ਛੇੜਖਾਨੀਆਂ ਦਾ ਜਿਹੜਾ ਨਤੀਜਾ ਆਪਾਂ ਨੂੰ ਭੁਗਤਣਾ ਪੈ ਰਿਹਾ। ਦੇਖ ਲਓ, ਪਹਿਲਾਂ ਨਹੀਂ ਤਾਂ ਖੁੱਲ੍ਹੇ ਆਮ ਹੀ ਇੱਧਰ ਨੂੰ ਚਲ ਜਾਓ ਉੱਧਰ ਨੂੰ ਚਲ ਜਾਓ, ਹੁਣ ਲਾਈਨਾਂ ਦੇ ਵਿੱਚ ਸਾਰਾ ਕੁਝ। ਟੈਂਪਰੇਚਰ ਚੈੱਕ ਕਰਾਓ ਜੀ, ਜੇ ਕਿਸੇ ਦਾ ਥੋੜ੍ਹਾ ਬਹੁਤਾ ਉੱਤੇ ਥੱਲੇ ਆ ਗਿਆ ਟੈਂਪਰੇਚਰ, ਉਹਨੂੰ ਐਂਟਰੀ ਨਹੀਂ ਹੈਗੀ, ਉਹਨੂੰ ਅੰਦਰ ਨਹੀਂ ਜਾਣ ਦਿੰਦੇ, ਸਿਆਪੇ ਹੀ ਆ ਹੁਣ ਤਾਂ। ਚਲੋ ਜੀ, ਅੱਗੇ ਕਰਦੇ ਹਾਂ ਗੱਲ ਆਪਾਂ ਫਿਰ ਜਦੋਂ ਨੇੜੇ ਤੇੜੇ ਪਹੁੰਚਦੇ ਹਾਂ ਆਪਣੀ ਐਂਟਰੀ 'ਤੇ। ਇੱਥੋਂ ਕਰਨਾ ਟੈਂਪਰੇਚਰ ਚੈੱਕ ਆਪਣਾ, ਗ੍ਰੈਸੀਅਸ। ਆ ਇੱਥੋਂ ਹੋ ਗਏ ਐਂਟਰ ਆਪਾਂ। ਆ ਹੈਗਾ ਬੁੜੀਆਂ ਦਾ ਖਾਨਾ, ਵਿਨ
इधर बैडा बुड्डा वाला हिसाब किताब इधर आप चलते उत्ते हूँ बंद खाने च बुड़िया वाला खाना छड़ जाना आप थले इधर उपरा बंद खाना इधर वेने की हिसाब किताब है आपां लभदे आं कोई कोटी स्वैटर हुण ठंड आ ठंड दे विच पाउण वास्ते कोई समान लभदे आं ठंड दे विच पाउण वास्ते पजामे जे बड़े कंफर्टेबल रहिंदे आ देखते हैं किड्डा सोहना बूटा है रेहड़ियां वेखो किड्डियां सोहणियां सोहणियां बनाईयां पतंदरां ने डाउन देर इज नो मोर आई थिंक There is nothing more to see here. We can go to another.
No. Tengo hambre. दुनिया दी चकाचौंध चकाचौंध भावें करोना करोना चली जाता पर लोकी तां वी अपना काम कुम नॉर्मल करी कुरी जांदे आ कोई एडा जिवें पहलों पहलों डराया सी उदां है नहीं हुण लोकां दा डर डुर मुक गया हुण करोने दा ਲੋਕੀ ਹੁਣ ਨਜ਼ਾਰੇ ਲੈਂਦੇ ਆ ਜ਼ਿੰਦਗੀ ਦੇ ਆਹ ਕਿੱਡਾ ਵਧੀਆ ਡਿਜ਼ਾਈਨ ਜਿਹਾ ਬਣਾਇਆ ਹੋਇਆ ਆਪਾਂ ਨੂੰ ਪੈ ਗਈ ਰਾਤ ਖਰੀਦਦਾਰੀ ਕਰਦਿਆਂ ਕਰਦਿਆਂ ਤੇ ਆਪਾਂ ਹੁਣ ਚੱਲੇ ਹਾਂ ਘਰ ਨੂੰ ਇੱਥੋਂ ਫੜਾਂਗੇ ਬੱਸ ਪਿੰਡ ਦੀ ਤੇ ਪਿੰਡ ਜਾਣਾ ਪਹੁੰਚ ਆਪਾਂ ਇੱਦਾਂ ਦਾ ਮਾਹੌਲ ਆ ਰਾਤ ਨੂੰ ਟ੍ਰੈਫਿਕ ਜ਼ਿਆਦਾ ਹੋ ਜਾਂਦੀ ਲੋਕੀ ਕੰਮਾਂ ਕਾਰਾਂ ਤੋਂ ਨਿਕਲਦੇ ਆ ਤੇ ਕੰਮਾਂ ਕਾਰਾਂ ਤੋਂ ਨਿਕਲਦਿਆਂ ਨਿਕਲਦਿਆਂ ਨੂੰ ਸਾਰੇ ਨਿਕਲਦੇ ਇੱਕ ਟਾਈਮ ਤੇ ਫਿਰ ਉਹਦਾ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਇਸ ਟਾਈਮ ਬੱਸ ਲੱਭਣੀ ਵੀ ਥੋੜ੍ਹੀ ਔਖੀ ਹੋ ਜਾਂਦੀ ਹੈ ਪਰ ਲੱਭ ਲੁੱਭੀ ਜਾਂਦੀਆਂ ਚਲੋ ਦੋਸਤੋ ਮਿੱਤਰੋ ਮਿਲਦੇ ਹਾਂ ਫਿਰ ਕਿਸੇ ਦਿਨ ਨਵੀਂ ਵੀਡੀਓ ਦੇ ਨਾਲ ਅਤੇ ਟੇਸ਼ਨ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਵੀਡੀਓ ਕਰ ਦਿਓ ਲਾਈਕ ਜੇ ਚੰਗੀ ਲੱਗੀ ਤਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ